ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਕਹਿੰਦੇ ਸਾਰੇ ਠੀਕ ਠਾਕ ਵਧੀਆ। ਆਪ ਕਰਦੇ ਹਾਂ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ, ਅਤੇ ਹੁਣ ਮੈਂ ਜਾ ਰਿਹਾ ਹੋਸਪਿਟਲ, ਹੋਸਪਿਟਲ ਜਾ ਰਿਹਾ, ਕਿਰਨ ਦੀ ਮੈਡੀਸਨ ਵਗੈਰਾ ਲਿਆਉਣੀ ਹੈ, ਉਹਦੇ ਥੋੜ੍ਹਾ ਜਿਹਾ ਦੇਖਾਂਗੇ। ਕਿਰਨ ਗੱਡੀ 'ਚ ਬੈਠੀ ਰਹੂਗੀ, ਮੈਂ ਥੋੜ੍ਹਾ ਬਹੁਤ ਸਮਾਨ ਚਾਕੇ ਦਾ ਲੈਣਾ ਵਾ, ਅਤੇ ਬਾਕੀ ਚਲੋ ਵੀਡੀਓ ਰਹੇ ਐਂਡ ਤੱਕ ਵਲੋਗ ਦੇ ਨਾਲ। ਮੰਮੀ ਆ ਗਏ ਸਵੇਰੇ 7 ਵਜੇ, ਟਾਈਮ ਹੋ ਗਿਆ 9 ਵਜੇ ਦਾ, ਮੈਂ ਕਿਹਾ ਚਲੋ ਧੋਨੇ ਹਾਂ, ਹਲੇ ਹੋਣ ਨੇ, ਮੈਂ ਕਿਹਾ ਚਲੋ ਘਰ ਹੈ ਜੀ ਮੰਮੀ ਹੋਣੀ ਆ ਜਾਓ। ਆਹ ਦੀਵਨ ਉਦੋਂ ਦਾ ਰੱਖਿਆ, ਇੱਥੇ ਖੜਿਆ ਹੀ ਨਹੀਂ, ਆਹ ਤਾਂ ਲੋੜ ਹੀ ਨਹੀਂ ਪਈ ਮੁੜ ਕੇ। ਚਲੋ ਵੀ ਚੱਲੀਏ ਆਪਾਂ, ਅਤੇ ਅੱਜ ਨਾਲੇ 21 ਦਿਨ ਕੀ ਜਾਂਦੇ ਹੁੰਦੇ, 21ਵਾਂ ਨਹੀਂ ਤਾਂ ਵੀ ਕੀ ਹੁੰਦਾ, 21ਵਾਂ ਦਿਨ ਹੁੰਦਾ, 21 ਦਿਨ ਹੋ ਗਏ ਅੱਜ ਕਾਕੇ ਨੂੰ, ਅਤੇ ਆਪਾਂ ਉਹ ਇਸ਼ਨਾਨ ਕਰਾਈ ਦਾ ਕਾਕੇ ਨੂੰ, ਨਾਲੇ ਕਾਕੇ ਦੀ, ਅਤੇ ਮੈਂ ਕਿਹਾ ਹੋਸਪਿਟਲ ਜਾਣਾ ਸੀ, ਮੈਂ ਕਿਹਾ ਚਲੋ ਮੰਮੀ ਆਏ ਆ, ਬੰਦੇ ਤਾਂ ਆਉਂਦੇ ਹੁੰਦੇ ਨਾ, ਮੈਡੀਸਨ ਲੈ ਜਾਣਾ, ਨਾਲੇ ਮੈਂ ਕਿਹਾ ਚਲੋ ਮੰਮੀ ਆਏ, ਬੰਦੇ ਦਾ ਫਾਇਦਾ ਲੈਣਾ ਚਾਹੀਦਾ ਨੀ। ਮੰਮੀ ਹੋਣੀ ਰੁਕੇ ਇੱਥੇ, ਮੈਂ ਕਿਹਾ ਚਲੋ ਆਪਾਂ ਦੋ ਜਣੇ ਹੋਰ ਨੇ ਜਾ ਕੇ ਰਸਤੇ 'ਚ ਹੋਰ ਨਿੱਕਾ ਜਿਹਾ ਸਮਾਨ ਲੈਣਾ, ਕਹਿੰਦੇ ਬੈਠੀ ਰਹੋ ਗੱਡੀ 'ਚ, ਅਤੇ ਮੈਂ ਫਿਰ ਲਿਆਵਾਂਗੇ ਜਿਹੜਾ ਸਮਾਨ ਆਪਾਂ ਨੂੰ ਲਿਆਉਣਾ ਜ਼ਰੂਰੀ। ਹੋਰ ਕਿਵੇਂ ਹੋ ਸਾਰੇ, ਠੀਕ ਠਾਕ? ਅਤੇ ਸਾਡੇ ਵਲੋਗ ਤਾਂ ਸਾਡਾ ਥੋੜ੍ਹਾ ਜਿਹਾ ਸ਼ੋਰਟ ਹੀ ਹੁੰਦਾ ਹੈ ਨਾ, ਅਤੇ ਕਈ ਕਮੈਂਟ ਵੀਰ ਵੀ ਕਰਦੇ ਆ, ਕਮੈਂਟ ਕਈ ਵੀਰ ਕਮੈਂਟ ਬਹੁਤ ਕਰਨ ਡੇ, ਤੁਸੀਂ ਆਪਣਾ ਵਲੋਗ ਘੱਟ ਤੋਂ ਘੱਟ 25-30 ਮਿੰਟ ਦਾ ਕਰਿਆ ਕਰੋ। ਚਲੋ ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ, ਠੀਕ ਹੈ, ਜੁੜੇ ਰਹੋ ਫਿਰ ਵਲੋਗ ਦੇ ਨਾਲ। ਲਓ ਜੀ ਮੈਡੀਸਨ ਵਗੈਰਾ ਲੈ ਲਈ ਆ, ਹੁਣ ਚੱਲ ਪਏ ਹਾਂ, ਕਾਕੇ ਡੈਪਰ ਸ਼ੈਪਰ ਵੀ ਇੱਥੋਂ ਲੈ ਲਏ ਆ ਮੈਡੀਕਲ ਸਟੋਰ ਤੋਂ ਹੀ, ਹੋਸਪਿਟਲ ਦੇ ਨਾਲ ਹੀ, ਅਤੇ ਹੁਣ ਜਾ ਰਹੇ ਹਾਂ ਘਰ ਸਿੱਧਾ, ਅਤੇ ਬਾਕੀ ਚਲੋ ਦੇਖਦੇ ਹਾਂ ਕਿ ਰਸਤੇ ਵਿੱਚ ਉਹ ਜਿਹੜਾ ਹੁੰਦਾ ਨਾ ਸਟੈਂਡ ਹੈ ਨਾ ਕੱਪੜੇ ਢੰਗਾਂ, ਤੁਹਾਡੇ ਕਾਫੀ ਕਮੈਂਟ ਆ ਰਹੇ ਸੀ ਕਿ ਉਹ ਬੱਚਿਆਂ ਵਾਲਾ ਸਟੈਂਡ ਲੈ ਕੇ ਆਓ, ਅੱਜ ਟਰਾਈ ਕਰਦੇ ਰਸਤੇ ਦੇ ਵਿੱਚ, ਤੁਸੀਂ ਬੈਠੇ ਰਹੋ ਗੱਡੀ 'ਚ ਅਤੇ ਮੈਂ ਦੇਖਦਾ, ਅਤੇ ਰਸਤੇ 'ਚ ਦੇਖਦੇ ਹਾਂ ਜੇ ਮਿਲ ਗਿਆ ਤਾਂ ਲੈ ਜਾਵਾਂਗੇ ਘਰ ਨੂੰ। ਇੱਕ ਉਹ ਵੀ ਗੱਲ ਨਾ ਸਟੈਂਡ ਹੋ, ਮਤਲਬ ਕਿੱਦਾਂ ਉਹ ਗੱਡੀ ਦੇ ਵਿੱਚ ਆ ਜਾਓਗੇ ਨਾ, ਉਹ ਇਹ ਵੀ ਨਹੀਂ ਪਤਾ, ਫੋਲਡ ਹੋ ਜੇ, ਫੋਲਡ ਹੋ ਜਾਵੇ ਫਿਰ ਤਾਂ ਚੰਗਾ, ਜੇ 4 ਫੁੱਟ ਦਾ ਐਨ ਹੋਇਆ ਫਿਰ ਤਾਂ ਆਉਣਾ ਨਹੀਂ ਗਾ ਗੱਡੀ ਦੇ ਵਿੱਚ, ਫਿਰ ਉੱਪਰ ਬੰਨ ਲਾਂਗੇ ਕਾਪੀ ਸਟੈਂਡ। ਚਲੋ ਠੀਕ ਹੈ ਫਿਰ ਚੱਲੀਏ, ਫਿਰ ਠੀਕ ਗੱਡੀ 'ਚ ਇੱਥੋਂ ਦੇਖਦੇ ਹਾਂ ਸਟੈਂਡ ਸਟੂੰਡ ਬਾਹਰ ਲੱਗੇ ਤਾਂ ਹੈਗੇ, ਸਟੈਂਡ ਲੈ ਲਿਆ, ਰੌਲਾ ਬੜਾ ਪੈਣ ਡਿਆ ਇੱਧਰ ਵੇਖੀ ਬਹੁਤ। ਹਾਂਜੀ ਸਟੈਂਡ 'ਤੇ ਮੈਂ ਲੈ ਆ, ਹਾਂਜੀ ਪਰ ਬਹਿਣਾ ਬੜਾ ਪਿਆ ਕਰਨ ਨੂੰ ਹੈ ਇੱਥੇ ਗੱਡੀ 'ਚ, ਉਹ ਕਹਿੰਦੇ ਉਹ ਵੀਰ ਲੈਣ ਚੱਲ ਗਿਆ ਦੂਜੀ ਆਪਣੀ ਦੁਕਾਨ ਤੋਂ, ਕਹਿੰਦਾ ਮੈਂ ਸਟੈਂਡ ਇੱਥੇ ਨਹੀਂ ਹੈਗੇ, ਮੈਂ ਦੂਜੀ ਦੁਕਾਨ ਤੋਂ ਲੈ ਕੇ ਆਉਂਦਾ, ਮੈਂ ਆਖਾ ਤਾਂ ਗਨਾਨਾ ਸਕੂਲ ਦੇ ਸਾਹਮਣੇ ਗੁਰਦਾਸਪੁਰ ਰੋਡ 'ਤੇ। ਚਲੋ ਵੱਡਾ ਲਿਆ, ਇੱਕ ਛੋਟਾ ਦੱਸਦਾ ਸੀ ਉਹ ਥੋੜ੍ਹਾ ਸਸਤਾ ਸੀ, ਮੈਂ ਕਿਹਾ ਚਲੋ ਫਰਕ ਤਾਂ ਕੋਈ ਜ਼ਿਆਦਾ ਨਹੀਂ, 100-200 ਦਾ ਫਰਕ ਹੈ, ਜ਼ਿਆਦਾ ਨਹੀਂ ਬੋਰ ਹੋ ਗਈ ਬੈਠੀ ਬੈਠੀ, ਮੈਂ ਕਿਹਾ ਹਾਂ ਚਲੋ ਫਿਰ ਚਲੀ। ਕਿਰਨ ਦੇ ਰਹੀ ਹੈ ਕਾਕੇ ਨੂੰ ਦਵਾਈ, ਹੁਣ ਤਾਂ ਸਾਡਾ ਕਾਕੇ ਨਾਲ ਦਿਨ ਲੰਘ ਜਾਂਦਾ ਨਾ, ਜੋ ਸਵੇਰ ਤੋਂ ਲੈ ਕੇ ਸ਼ਾਮਾਂ ਦੀ ਗਾਂ,
ਮੈਂ ਨਾ ਹੁਣ ਅੱਗੇ ਕਹਿੰਦਾ ਕਿੰਨਾ ਕਿੰਨਾ ਟਾਈਮ ਮੋਬਾਈਲ ਫੜ ਛੱਡਦੀ ਸੀ ਅਤੇ ਹੁਣ ਮੋਬਾਈਲ ਵੱਲ ਕੋਈ ਧਿਆਨ ਨਹੀਂ ਮੋਬਾਈਲ ਮੋਬਾਈਲ ਤਾਂ ਮੈਂ ਚਾਰਜ ਨਹੀਂ ਕੀਤਾ ਕਦੀ ਹੈ ਨਾ ਇਹਦਾ ਫੋਨ ਬੰਦ ਹੀ ਰਹਿੰਦਾ ਜ਼ਿਆਦਾਤਰ ਕੱਲ੍ਹ ਦਾ ਚਾਰਜ ਨਹੀਂ ਲਾਇਆ ਫੋਨ ਇਹਨੇ ਹਰ ਫਤਿਹ ਦਾ ਆ ਗਿਆ ਸਟੈਂਡ ਹੌਲੀ ਹੌਲੀ ਵਾਲਾ ਸਮਾਨ ਹੁਣ ਖਰਚਾ ਹਰ ਫਤਿਹ ਦਾ ਹੋਣਾ ਵਾ ਸਾਡੇ ਖਰਚੇ ਬਸ ਹਰ ਫਤਿਹ ਦੇ ਖਰਚੇ ਵੱਧ ਗਏ ਇੱਧਰ ਹਰ ਫਤਿਹ ਦੀ ਨਾਨੀ ਬੈਠੀ ਹੈ ਕਿਤੇ ਕਦੀ ਕਦਾਂ ਹੀ ਕਰ ਲਿਆ ਆਪਣਾ ਖਰਚਾ ਵੀ ਕਰ ਲਿਆ ਇਹਦੇ ਬਹਾਨੇ ਨਾ ਸਾਡੀ ਵੀ ਕੋਈ ਚੀਜ਼ ਆ ਜਾਇਆ ਕਰਨ ਵਾਸਤੇ ਕਰੇਲੇ ਕਰੇਲੇ ਕਰ ਲਏ ਜਿੱਦਾਂ ਤੁਹਾਡੇ ਕੋਲ ਨਹੀਂ ਬਣਨੀ ਗੱਲ ਦੱਸਦੇ ਪਏ ਕਿੱਦਾਂ ਮਤਲਬ ਕੱਸਣਾ ਹੈ ਪੀਏ 'ਚ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਕਿਹਦੇ ਐ ਨਕਲ ਮਾਰਨ ਦੇ ਜਿੱਦਾਂ ਪੇਪਰ ਨਹੀਂ ਹੁੰਦੇ ਪਲੱਸ ਟੂ ਦੇ ਚੀਟਿੰਗ ਕਰਦੇ ਪਏ ਚੀਟਿੰਗ
ਟੋਪ ਦਾ ਸਟੈਂਡ ਉਹ ਗਾਂ ਤੱਕ ਗੰਦੇ ਨੀ ਹੁੰਦੇ ਹੈਨਾ ਮੰਮੀ ਆਹੋ ਇਹ ਉਹਨਾਂ ਦਾ ਲੱਗਦਾ ਗੰਦੇ ਪਹਿਲਾਂ ਪੁਰਾਣਾ ਦੇ ਛੱਡਿਆ ਉਹ ਪੌੜ ਵੇਖੇ ਉਹਦੇ ਏਦਾਂ ਦੇ ਪੈਰ ਉਹਦੇ ਹੁੰਦੇ ਤੁਸੀਂ ਹੈਲੀਕਾਪਟਰ ਬਣਾ ਤਾ ਲੈ ਵੀ ਸਟੈਂਡ ਤੇ ਕਰਤਾ ਫਿੱਟ ਤੇ ਬੈਲ ਵੱਜੀ ਲੱਗਦਾ ਪਤਾ ਨੀ ਕੌਣ ਆਇਆ ਲੈਟ ਤੇ ਬੰਦ ਵਾ ਬਾਹਰ ਦੀ ਵਧੀਆ ਸਭ ਠੀਕ ਆ ਭਾਈ ਵਧਾਈਆਂ ਚੰਗਲ ਫਿਰ ਬਹੁਤ ਸਾਰੇ ਵਧਾਈਆਂ ਦੇਣ ਦੇ ਤੈਨੂੰ ਵੇਖ ਲਾ ਹੁਣ ਸਾਡੇ ਕੋਲ ਏਸੀ ਤਾਂ ਨਹੀਂ ਹੁਣ ਚੰਗਲ ਏਸੀ ਲਵਾਵਾਂਗੇ ਹੈ ਕਿ ਨਹੀਂ ਹੋਰ ਵਧੀਆ ਕਿੱਦਾਂ ਰਿਹਾ ਪ੍ਰੋਗਰਾਮ ਮੈਂ ਲੈ ਚੁੱਕੇ ਹਰ ਕੰਮ ਚ ਆਪਾਂ ਅੜਾ ਲੈਂਦੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਬੰਦਾ ਆਇਆ ਲੈ ਦੇ ਬਸ ਕੰਮ ਚ ਉਸੇ ਦੇ ਅੜਾ ਲਈਦਾ ਚਲੋ ਏਦਾਂ ਹੀ ਆ ਸਟੈਂਡ ਤੇ ਜਾਏ ਮੈਂ ਫਿੱਟ ਕਰਨ ਉਹਨੇ ਜਿਹਨੂੰ ਵੀਰ ਆ ਗਿਆ ਹੁੰਦਾ ਕੋਈ ਨਹੀਂ ਮੈਂ ਕਰਾ ਦਿੰਦਾ ਪਲਾਸ ਪਲਾਸ ਯਾਰ ਹੋਰ ਫਿਰ ਸੁਣਾ ਨਵੀਆਂ ਤਾਜ਼ੀਆਂ ਘੈਂਟ ਸਾਰੀ ਦਿਹਾੜੀ ਅੱਜ ਘਰੇ ਰਿਹਾ ਜਾਇਆ ਨਹੀਂ ਅੱਧੀ ਰਾਤ ਆਇਆ ਅੱਛਾ ਅੱਛਾ ਫਿਰ ਵੀ ਚੰਗਾ ਆ ਇਹਦੇ ਨਾਲ ਆਊਗਾ ਸਿੱਧਾ ਇੱਥੋਂ ਇੱਥੋਂ ਹੈਗਾ ਹੋਣਾ ਹੈ ਨਾ ਵੱਡਾ ਕਰਨਾ ਹੈ ਅੱਛਾ ਅੱਛਾ
ਪਹਿਲਾਂ ਮੇਰਾ ਸੈਟਿੰਗ ਨਾ, ਮੈਨੂੰ ਪਤਾ ਨਾ ਲੱਗਿਆ ਕਿੱਧਰ ਨੂੰ ਕਰਨਾ ਕਿੱਧਰ ਨੂੰ ਨਹੀਂ। ਪੇਜ ਦੇ ਚੂੜੀ ਚੜੀ ਵੇਖ ਲਈ, ਵਿੰਗੀ ਟਿੱਡੀ ਨਾ ਹੋਵੇ, ਮੈਂ ਕਹਿੰਦੇ ਤੰਗ ਕਰਨੀ। ਚਾਬੀ ਚਾਬੀ ਹੈ ਨਹੀਂ ਯਾਰ ਹੁਣ, ਹੈ ਸਹੀ। ਮੈਂ ਜਾ ਕੇ ਇੱਦਾਂ ਕਰ ਕੁਰ ਦੇਣਾ ਪਲਾਸ ਨਾਲ ਹੀ, ਕੋਈ ਗੱਲ ਨਹੀਂ। ਇਹ ਕਿਹੜਾ ਐਡਾ ਵੱਡਾ ਅੱਜ ਹੈਗਾ ਵਾ, ਕੋਈ ਗੱਲ ਨਹੀਂ। ਹੋਰ ਕੰਮ ਅੱਜ ਛੁੱਟੀ ਸਜਾਵਟ ਹੋ ਗਈ ਕੱਲ ਦੀ ਹੈ। ਚਲੋ ਇੱਦਾਂ ਹੀ, ਚਲੋ ਕੋਈ ਨਹੀਂ ਇੱਦਾਂ ਹੀ। ਹੋਰ ਡੈਡੀ ਦਾ ਕੀ ਹਾਲ, ਠੀਕ ਠਾਕ? ਉਹਦੇ ਨਾਲ ਮੇਰੀ ਗੱਲ ਨਹੀਂ ਕਰਾਈ, ਕੀ ਗੱਲ? ਡੈਡੀ ਆਪਣੇ ਨਾਲ ਗੱਲ ਨਹੀਂ ਕਰਾਈ ਮੇਰੀ, ਡੈਡੀ ਨਾਲ? ਆਹੋ ਡੈਡੀ ਨਾਲ ਜਾ ਕੇ ਗੱਲ ਕਰਾ। ਉਹਨੇ ਹਾਲ ਚਾਲ ਨਹੀਂ ਪੁੱਛਿਆ ਮੇਰਾ, ਕਰ ਹੀ ਦੇ ਯਾਰ ਤੂੰ ਚੰਗਾ। ਮੁੜ ਕੇ ਸਵੇਰੇ ਕੰਮ ਵਾਲੀ ਆਉਂਦੀ ਹੈ, ਤੈਨੂੰ ਫਿਰ ਪਤਾ ਪਤਾ ਨਹੀਂ ਲੱਗਦਾ। ਉਹ ਵੇਖੀ ਆ ਜੀ ਫੜ ਯਾਰ, ਇੱਦਾਂ 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 ਫੁੱਲ ਦੇ ਤਾਂ ਚੱਲ। ਮੈਂ ਕਿਹਾ ਸਵੇਰੇ ਕੰਮ ਵਾਲੀ ਆਉਂਦੀ, ਉਹਨੂੰ ਪਤਾ ਨਹੀਂ ਲੱਗਦਾ। ਮੈਂ ਕਿਹਾ ਚੱਲ ਇੱਥੇ ਰੱਖ ਦਿੰਦੇ ਹਾਂ, ਫਿਟਿੰਗ ਹੋ ਜਾਏਗੀ। ਹੋਰ ਪੱਲੇ ਚੱਲ ਵੀ ਆਹ ਬਣ ਗਈ, ਵਧੀਆ ਵਧੀਆ ਗੱਲ। ਪਰ ਯਾਰ ਪਰ ਕਰਦੇ ਫਿਰ ਇੱਥੇ ਗੱਡੀ ਵੀ ਲਾਉਣੀ ਹੁੰਦੀ, ਗੱਡੀ ਵੀ ਲਾਉਣੀ ਹੁੰਦੀ ਨਾ ਇੱਥੇ, ਫਿਰ ਪਿੱਛੇ ਜੇ ਕਰਦੇ। ਸਦਕੇ ਬਹੁਤ ਮਿਹਰਬਾਨੀ ਤੁਹਾਡੀ, ਸਕੂਟਰੀ ਲੈ ਉੱਤੇ ਲਵਾਂਗੇ ਪੂਰਾ, ਹੈਂ ਉਹ ਚਲਾਉਣ ਚ ਬੜਾ ਨਜ਼ਾਰਾ ਜਿਹਾ ਆਉਂਦਾ ਦੂਜੀ ਸਕੂਟਰੀ, ਬੈਟਰੀ ਵੀ ਲਿਆਵੀ। ਚੱਲ ਠੀਕ ਹੈ ਫਿਰ, ਧਿਆਨ ਆ ਜਾ, ਹਨੇਰਾ ਬੜਾ ਕਰਕੇ ਆ ਜਾਂਦਾ ਮਾਮਾ। ਚੰਗਾ ਪਹੁੰਚ ਫਿਰ ਟਾਈਮ ਨਾਲ, ਓਕੇ। ਚਲੋ ਮੰਮੀ ਰੋਟੀ ਰਾਟੀ ਲਿਆਉਣ ਡੇ, ਅੱਜ ਮੰਮੀ ਇੱਥੇ ਹੀ ਹੈ ਨਾ, ਹਰ ਫਤਿਹ ਨਾਨੀ ਅੱਜ ਇੱਥੇ ਹੀ, ਹਰ ਫਤਿਹ ਨਾਨੀ ਅੱਜ ਇੱਥੇ ਹੀ ਹੈ। ਪਰ ਹਰ ਅੱਜ ਹੁਣੇ ਸਿੰਕਲ ਚਲਾ ਗਿਆ, ਹੁਣੇ ਅੱਧੀ ਰਾਤ ਆਇਆ, ਉਹ ਇੱਧਰ ਆਇਆ, ਕੰਮ ਆਇਆ ਸ਼ਹਿਰ ਗੁਰਦਾਸਪੁਰ ਰੋਡ 'ਤੇ, ਕਿੰਨਾ ਮਿਲ ਜਾਂਦਾ। ਚਲੋ ਚਲੋ ਵਧੀਆ, ਉਹ ਵੀ ਚਲ ਗਿਆ ਮਿਲ ਕੇ, ਟਾਈਮ ਹੋ ਗਿਆ 10 ਵਜੇ ਦਾ। ਕੀ ਚੌਲ ਚੌਲ ਖਾਣੇ? ਕੂਲਰ ਆਣਾ ਸਵੇਰ ਦਾ ਲੱਗਾ, ਗਰਮੀ ਹੈ ਹੀ ਬੜੀ, ਕਰੇ ਗਏ ਇਹ 'ਚ ਪਾਣੀ ਲੱਗਦਾ ਮੁੱਕ ਗਿਆ ਨਾ, ਪਾਣੀ ਵਾਲਾ ਕੰਮ ਖਤਮ ਹੋ ਗਿਆ, ਪਾਣੀ ਪਾਉਣਾ ਪੈਣਾ ਹੈ ਨਾ। ਤੂੰ ਖਿਚੜੀ ਆ, ਖਿਚੜੀ ਦਲੀਆ ਚੌਲ ਇਹੋ ਜਿਹੀਆਂ ਚੀਜ਼ਾਂ ਖਾਇਆ ਕਰ, ਪੋਲੀਆਂ ਪੋਲ ਹਰ ਫਤਿਹ। ਕਦੀ ਕਦੀ ਆਪਾਂ ਆਪ ਹੀ ਮਿਲਕ ਦੇ ਦਈਦਾ, ਉਹ ਵੀ ਕਦੀ ਕਦੀ, ਬਾਹਰ ਦਾ ਘੱਟ ਹੀ ਦੇਈਦਾ ਮਿਲਕ, ਡੱਬੇ ਵਾਲੀ ਪੈਕਿੰਗ ਘੱਟ ਹੀ ਪੈ ਦੀ ਹੈ। ਇਹ ਕਦੀ ਕਦੀ ਜਿਵੇਂ ਦਿਹਾੜੀ ਚੱਕ ਦਿਹਾੜੀ ਦੇ ਦਈਦਾ ਉਹਨੂੰ। ਇੱਧਰ ਮੰਮੀ ਲੱਗੇ ਨੇ ਦੁਆਣ ਸੇਰ ਹੀ ਲੈਣ ਤਾਂ ਮੰਮੀ ਨੇ, ਤੇ ਦੁਆਣਾ ਇੱਦਾਂ ਦਾ ਲੱਗਦਾ ਜਿਵੇਂ ਸੇਰ ਹੁੰਦਾ ਹੈ ਨਾ, ਨਾਲ ਇੱਕ ਲੈਣ ਤਾਂ ਸੇਬ ਐਪਲ ਲੈ ਕਰ ਲਓ, ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ ਕਰ ਦੇਤਾ ਭੁੱਲ ਗਏ ਨਹੀਂ, ਥੋੜਾ ਹੋਰ ਘੱਟ ਹੋਰ ਘੱਟ ਆਹੋ ਬਹੁਤ
ਅੱਜ ਹਰ ਫਤਿਹ ਵਾਲਾ ਤੰਗ ਨੀ ਕਰਨ ਦਿਆ ਮੰਮੀ, ਅੱਜ ਨਾਨੀ ਆਈ ਨਾ ਹਰ ਫਤਿਹ ਦੀ, ਅੱਜ ਸੁੱਤਾ ਪਿਆ, ਅੱਜ ਸੁੱਤਾ ਆ, ਕਰਨਾ ਕਰਨਾ ਉਹ ਤੇ ਉਹਦੀ ਗਰੰਟੀ ਆ ਪੱਕੀ। ਇੱਧਰ ਇਹ ਪਾਣੀ ਪਾ ਰਹੇ ਨੇ ਕੂਲਰ ਦੇ ਵਿੱਚ, ਕੂਲਰ ਨਾਲ ਹੀ ਚੈਨ ਆਉਂਦਾ ਉੱਦਾਂ ਦੇ ਬਸ, ਹੈ ਨਾ ਗਰਮੀ ਬਹੁਤ, ਉੱਦਾਂ ਬਹੁਤ ਜ਼ਿਆਦਾ ਏ ਸੀ ਆ ਕੇ ਵੀ। ਹਰ ਫਤਿਹ ਆ ਜਾ ਖਾਲਾ, ਸੋਈ ਕਰਨ ਡਿਆ, ਸੋਈ ਸੋਈ ਦਿਖਾ, ਖਾ ਲਓ ਆ ਜਾਓ ਦੋਸਤੋ, ਖਾ ਲਓ ਫਿਰ ਤੁਸੀਂ, ਬਣਾ ਦਿੰਦਾ ਘਰੇ ਗੋਲਿਆਂ ਦੀ ਗੱਲ ਚੱਲਣ ਡੀ ਕਿ ਡੈਡੀ ਨੇ ਅਗਰ ਗੋਲੇ ਬਣਾ ਕੇ ਦਿੱਤੇ ਨਾ, ਉਹਨਾਂ ਕੋਲ ਰਹਿੰਦਾ ਹੁੰਦਾ ਵਾ ਕਿ ਪੁੱਠਾ ਕਰਕੇ ਤੇ ਉਹ ਰੜ ਕੇ ਬਣਾ ਦਿੰਦੇ ਹੈ ਨਾ, ਪੀਲੇ ਵੀ ਇੱਦਾਂ ਹੀ ਕਿ ਉਹ ਲੱਕੜੀ ਲੁੱਕੜੀ ਕੋਈ ਵੱਡੀ ਜੀ ਪਾੜ ਲਈ ਪੀਲੇ ਦੇ, ਆਹੋ ਬਣਾ ਕੇ ਤੇ ਚੱਲ ਪਣਾ, ਕਹਿੰਦਾ ਗੋਲੇ ਦੇ ਮਿਲ ਗਏ ਨਾ ਦਿਖਾਉਂਦਾ, ਆਏ ਹੋਏ ਬੜਾ ਸਵਾਦ ਹੀ ਗੋਲਾ ਡੈਡੀ, ਹੁਣ ਡੈਡੀ ਨੇ ਕਿਆ ਕਰਨਾ ਬਣਾ ਕੇ ਦੇ, ਤੇ ਡੈਡੀ ਕਹਿੰਦਾ ਮੈਂ ਇੱਥੇ ਦੁਕਾਨ ਖੋਲ੍ਹੀ ਤਾਂ ਮੈਂ ਮਿੰਟ ਕੁ ਬਾਅਦ ਤੁਹਾਨੂੰ ਚਾਹੀਦੇ ਕਿ ਤੂੰ ਇਹਨੇ ਪੇੜ ਬਣਾ ਲਈ।